ਉਹ ਦਿਆਲਦਾਸ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਮੈਂ ਬਾਬੇ ਆਦਮ ਦੀ ਕੁੱਲ ਚੋਂ ਹਾਂ। ਸਤਿਗੁਰ ਕਹਿੰਦੇ ਕੁੱਲ ਨਹੀਂ ਵੇਖੀ ਜਾਂਦੀ, ਗੁਰੂ ਨਾਨਕ ਦੇ ਘਰ 'ਚ ਜਾਤ ਨਹੀਂ ਵੇਖੀ ਜਾਂਦੀ। ਇੱਥੇ ਵੀ ਕਈਆਂ ਨੇ ਮਜ਼ਹਬਾਂ ਦੇ ਨਾਂ 'ਤੇ ਗੁਰਦੁਆਰੇ ਬਣਾ ਤੇ। ਐ ਖੁਦਾਇਆ ਹਫਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ, ਤੇਰੇ ਘਰ ਕੀ ਕਿਆ ਬਾਤ ਕਹੂੰ ਵੋ ਤੋ ਖੁਦਾ ਕੋ ਵੇਚ ਦੇਤੇ ਹੈ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਇਹ ਗੁਰੂ ਨਾਨਕ ਦੇ ਘਰ ਵਿੱਚ ਉੱਥੇ ਨਹੀਂ ਜਾਤ ਪਾਤ ਪਰਖੀ ਜਾਣੀ, ਉੱਥੇ ਅਮਲ ਵੇਖੇ ਜਾਣੇ ਨੇ, ਭਜਨ ਕਿੰਨਾ ਕਰਿਆ, ਬੰਦਗੀ ਕਿੰਨੀ ਕਰੀ, ਇਹ ਵੇਖਿਆ ਜਾਣਾ। ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ, ਕਿਸੇ ਨਾ ਤੇਰੀ ਜਾਤ ਪੁੱਛਣੀ, ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ, ਉੱਥੇ ਅਮਲਾਂ ਦੇ ਹੋਣੇ ਨੇ ਨਵੇੜੇ, ਕਿਸੇ ਨਾ ਤੇਰੀ ਜਾਤ, ਫਿਰਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ, ਕਹਿੰਦੇ ਕੀ ਕਹਿੰਦਾ, ਕਹਿੰਦਾ ਮਹਾਰਾਜ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ, ਮੈਂ ਬਾਬੇ ਆਦਮ ਦੀ ਕੁੱਲ ਚੋਂ ਹਾਂ। ਕਹਿੰਦਾ ਸਤਿਗੁਰੂ ਜੀ ਪ੍ਰਸ਼ਾਦਾ ਲਿਆਇਆ ਮਾਰੇ, ਕਹਿੰਦੇ ਤੇਰੇ ਟੋਭੇ ਦਾ ਪਾਣੀ ਤੇ ਘੋੜੇ ਨੇ ਨਹੀਂ ਪੀਤਾ, ਪ੍ਰਸ਼ਾਦਾ ਅਸੀਂ ਕਿੱਦਾਂ ਪ੍ਰਵਾਨ ਕਰ ਲਈਏ, ਜਾ ਲੈ ਜਾ ਆਪਣਾ ਪ੍ਰਸ਼ਾਦਾ, ਸਾਨੂੰ ਨਹੀਂ ਲੋੜ। ਸਤਿਗੁਰੂ ਮੰਨੇ ਨਹੀਂ, ਕਹਿੰਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਮਹਾਰਾਜ ਦੇ, ਪ੍ਰਸ਼ਾਦਾ ਲਿਆ ਗੱਡੇ ਭਰੀ ਫਿਰਦਾ ਲੰਗਰ ਦੇ, ਮਹਾਰਾਜ ਅੱਗੇ ਅੱਗੇ ਇਹ ਪਿੱਛੇ ਪਿੱਛੇ ਤੁਰਿਆ ਫਿਰਦਾ। ਜਦੋਂ ਇੱਦਾਂ ਮਹਾਰਾਜ ਛਕ ਲਓ, ਕਹਿੰਦੇ ਨਾ ਪਹਿਲਾਂ ਅੰਮ੍ਰਿਤ ਛਕ ਲੈ, ਸਿੰਘ ਸੱਜ ਜਾ, ਹੁਣੇ ਲੰਗਰ ਪ੍ਰਵਾਨ ਹੋ ਜਾਏਗਾ, ਹੁਣੇ ਛਕ ਲਾਂਗੇ। ਮੰਨਦਾ ਨਹੀਂ, ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਤਿੰਨ ਦਿਨ ਲੰਘ ਗਏ, ਮਹਾਰਾਜ ਅੱਗੇ ਅੱਗੇ ਜਾਈ ਜਾਂਦੇ ਨੇ, ਲੰਗਰ ਲੈ ਕੇ ਪਿੱਛੇ ਪਿੱਛੇ ਤੁਰਿਆ ਫਿਰਦਾ। ਮਹਾਰਾਜ ਭੋਗ ਲਾਓ, ਮੈਂ ਲੰਗਰ ਲਿਆਂਦਾ ਹੈ, ਸਤਿਗੁਰੂ ਫਿਰ ਛਕ ਲਾਂਗਾ। ਕਹਿੰਦੇ ਨਾ ਪਹਿਲਾਂ ਅੰਮ੍ਰਿਤ ਛਕ ਲੈ, ਸਿੰਘ ਸੱਜ ਜਾ, ਫਿਰ ਭੋਗ ਲਾਵਾਂਗੇ। ਹੱਥ ਜੋੜ ਕੇ ਮਹਾਰਾਜ ਸਾਹਿਬ ਨੂੰ ਕਹਿੰਦਾ ਹੈ, ਸਤਿਗੁਰੂ ਮੈਂ ਛਕ ਲਾਂਗਾ ਅੰਮ੍ਰਿਤ, ਤੁਸੀਂ ਪਹਿਲਾਂ ਭੋਗ ਲਾਓ। ਕਹਿੰਦੇ ਨਾ, ਇੱਕ ਹਫ਼ਤਾ ਲੰਘ ਗਿਆ ਪੂਰਾ, ਮਹਾਰਾਜ ਦੇ ਪਿੱਛੇ ਪਿੱਛੇ ਤੁਰਿਆ ਫਿਰਦਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਅੰਮ੍ਰਿਤ ਛਕ ਲੈ, ਇਹ ਮੰਨਣ 'ਚ ਨਹੀਂ ਆਉਂਦਾ। ਇੱਕ ਹਫ਼ਤੇ ਬਾਅਦ ਫਿਰ ਦਿਆਲ ਦਾਸ ਨੂੰ ਸਮਝਾਇਆ, ਕਹਿੰਦੇ ਦਿਆਲ ਦਾਸ ਆ ਗੱਲ ਸੁਣ, ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਕਹਿ ਰਹੇ ਨੇ ਅੰਮ੍ਰਿਤ ਛਕ ਲੈ, ਤੈਨੂੰ ਮਹਾਰਾਜ ਕਹਿ ਰਹੇ ਨੇ ਵੀ ਅੰਮ੍ਰਿਤ ਛਕ ਲੈ। ਕਹਿੰਦੇ ਦਿਆਲ ਦਾਸ ਆ, ਤੈਨੂੰ ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲੈ, ਤੂੰ ਜਵਾਬ ਦੇਈ ਜਾਂਦਾ ਇੰਨੇ ਚਿਰ ਤੋਂ ਮਹਾਰਾਜ ਤੇਰੇ ਪਿੱਛੇ ਪਿੱਛੇ। ਕਹਿੰਦੇ ਇੱਕ ਗੱਲ ਚੇਤੇ ਰੱਖੀ, ਤੈਨੂੰ ਹੁਣ ਮਹਾਰਾਜ ਪਿਆਰ ਨਾਲ ਕਹਿੰਦੇ ਨੇ ਅੰਮ੍ਰਿਤ ਛਕਣ ਨੂੰ, ਜੇ ਕਿਤੇ ਕਹਿੰਦੇ ਮਹਾਰਾਜ ਨਾਰਾਜ਼ ਹੋ ਕੇ ਚਲੇ ਗਏ ਨਾ, ਤੈਨੂੰ ਕਿਸੇ ਨਰਕ ਨੇ ਵੀ ਨਹੀਂ ਝੱਲਣਾ। ਬੋਲੋ ਸ਼੍ਰੀ ਵਾਹਿਗੁਰੂ। ਕਿਸੇ ਨਰਕ 'ਚ ਵੀ ਥਾਂ ਨਹੀਂ ਮਿਲਣੀ ਤੈਨੂੰ, ਮਹਾਰਾਜ ਤੋਂ ਵਾਰ ਵਾਰ ਕਹਾਈ ਜਾਂਦਾ ਤੂੰ। ਇੱਕ ਹਫ਼ਤੇ ਬਾਅਦ ਗਿਆਨ ਆ ਗਿਆ, ਕਹਿੰਦਾ ਮਹਾਰਾਜ ਨਾਰਾਜ਼ ਹੀ ਨਾ ਹੋ ਜਾਣ, ਦੱਸਿਆ ਕਿਸੇ ਨੇ, ਕਹਿੰਦੇ ਨਾਰਾਜ਼ ਹੋ ਕੇ ਚਲੇ ਗਏ ਨਾ ਮਹਾਰਾਜ, ਵੇਖੀ ਕਿਤੇ ਤੈਨੂੰ ਨਰਕ ਨੇ ਵੀ ਨਹੀਂ ਝੱਲਣਾ। ਸਤਿ ਬਚਨ ਕਹਿੰਦਾ, ਹੱਥ ਜੁੜ ਗਏ, ਕਹਿੰਦਾ ਚਲੋ ਲੈ ਕੇ ਮਹਾਰਾਜ ਕੋਲ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਗਿਆ,
महाराज गुरु गोविंद सिंह नूं जाके कहिंदा है। धन गुरु गरीब नवाज महाराज, पहला तो महाराज मैनू माफ कर दो, ये कहिंदा हाथ जोड़ के माफ़ी कह दी। कहिंदा तुसी मैनू एक हफ्ते तक कहिंदे रहे अमृत छकण नूं, छकिया नहीं, मैं मन्निया नहीं, मारे हुण मेरा मन मन गया, कृपा कर दिओ मारे मेरी भुल चुक माफ़ कर दिओ। कादी सतगुरु मेरे कीते गुनाह बख्श दिओ, मैं तैयार हाँ, मैनू खंडे बाटे का अमृत छकाओ। ये बोलदा है महाराज नू, बख्शो गुनाह मेरे आया मैं शरण तेरी, 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 बख्शो गुनाह बख्शो गुनाह मेरे आया मैं शरण तेरी, बख्शो गुनाह मेरे आया मैं शरण तेरी, बख्शो गुनाह आया मैं शरण तेरी, बख्शो गुनाह मेरे आया मैं शरण तेरी, बख्शो गुनाह मेरे। बख्श दे धन गरीब नवाज सच्चे पातशाह कृपा कर दे। एक हफ्ते बाद ज्ञान हो गया, दयालदास ने अमृत छकिया, दयालदास तो दयाल सिंह बन गया, अमृत छकिया। सतगुरु गुरु गोबिंद सिंह महाराज सच्चे पातशाह कहिंदे दयालदास प्रशादा पिछे पिछे लई फिरदा सी, लै हुण लै के आ, छका प्रशादा लिया, भोग लाइए लंगर नूं। हुण वेखिया प्रशादा खराब हो गया, प्रशादे सुक गए, पापड़ बन गए, सब्जियां खराब, बदबू आवे। धन गुरु गोबिंद सिंह महाराज सच्चे पातशाह कहिंदे लिया प्रशादा, कहिंदे महाराज जी ताज़ा लियाउणा बना के, ये नहीं छकाउणा हुण, ताज़ा प्रशादा लियावांगा। सतगुरु कहिंदे ना, यही छकना है। कहिंदे महाराज ये खराब हो गया, प्रशादे पासे हो गए, बे हो गए, महाराज ये थोड़ा छकना। कहिंदे ना, यही छकांगे, जल लियाओ बई। कहिंदे जल लियांदा, धन गुरु गोबिंद सिंह महाराज कहिंदे जल दा बाटा लियाओ, जल लियांदा। कहिंदे वाहिगुरू वाहिगुरू कह के महाराज ने जल दा छिट्टा उस लंगर ते मारिया। सतसंग जी, सत दिन दा पुराना बनिया लंगर, कहिंदे इदां भाफां निकलन लग गईआं जिवें ताज़ा बनाया हुंदा है। बोलो श्री वाहेगुरू। जिदां ताज़ा लंगर तैयार कीता है, प्रशादे भी गर्म, सब्जियां गर्म, भाफां निकलदियां ने। कहिंदे लिया छका। सत दिनां बाद दयालदास नूं ज्ञान हो गया, धन गुरु गोबिंद सिंह महाराज कहिंदे दयालदास तेरी कीती सेवा, तेरा छकाया लंगर सानू प्रवान हो गया, तू गुरु दी गल मन ली।